ਮਾਣਯੋਗ SSP ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਉਹਨਾਂ ਦੀ ਅਗਵਾਈ ਹੇਠ ਜਿਹੜੀ ਫਾਜ਼ਿਲਕਾ ਪੁਲਿਸ ਹੈ ਹਰ ਤਰ੍ਹਾਂ ਦੇ ਜਿਹੜਾ ਕੋਈ ਵੀ ਅਪਰਾਧਿਕ ਗਤੀਵਿਧੀ ਹੁੰਦੀ ਹੈ ਉਹਨੂੰ ਜਲਦੀ ਨਾਲ ਉਹਨੂੰ ਸੋਲਵ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਵਚਨਬੱਧ। ਇਸੇ ਦੀ ਲੜੀ ਦੇ ਵਿੱਚ ਹੀ ਜਿਹੜੀਆਂ ਸਾਡੇ ਸ਼ਹਿਰ ਵਿੱਚ ਅਬੋਹਰ ਵਿੱਚੋਂ ਮੋਟਰਸਾਈਕਲ ਦੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ, ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਸੀ, ਉਹਨੂੰ ਹੀ ਸੋਲਵ ਕਰਦਿਆਂ ਹੋਇਆਂ ਇੱਕ CT1 ਦਰਜ ਕੀਤਾ ਗਿਆ। ਇਹ ਮੁਕੱਦਮਾ ਬਰਖਿਲਾਫ਼ ਗੁਰਜੰਟ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਸੀਡ ਫਾਰਮ ਕੱਚਾ ਜਿਹੜਾ ਹੈਗਾ ਉਹਦੇ ਖਿਲਾਫ਼ ਦਰਜ ਕੀਤੀ ਗਈ, ਜਿਸ ਪਾਸੋਂ ਇੱਕ ਜਿਹੜਾ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਜਿਹੜਾ ਹੈਗਾ ਇਹਦੇ ਵਿੱਚ ਦੂਸਰਾ ਦੋਸ਼ੀ ਜਿਹੜਾ ਹੈਗਾ ਨੋਮੀਨੇਟ ਕੀਤਾ ਗਿਆ, ਬੂਟਾ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਖਿਆਲੀ ਥਾਣਾ ਮਖੂ ਤਹਿਸੀਲ ਜ਼ੀਰਾ, ਜੋ ਇਹਨਾਂ ਪਾਸੋਂ ਦੋਨਾਂ ਪਾਸੋਂ ਕੁੱਲ ਮਿਲਾ ਕੇ ਸਾਡੇ ਵੱਲੋਂ ਹੁਣ ਤੱਕ 15 ਮੋਟਰਸਾਈਕਲ ਜਿਹੜੇ ਨੇ ਬਰਾਮਦ ਕਰ ਲਏ ਗਏ ਨੇ। ਇਹ ਜਿਹੜੇ 15 ਦੇ 15 ਮੋਟਰਸਾਈਕਲ ਸੀ ਇਹ ਅਬੋਹਰ ਦੇ ਆਸ ਪਾਸ ਤੇ ਅਬੋਹਰ ਸ਼ਹਿਰ ਦੇ ਵਿੱਚੋਂ ਜਿਹੜੇ ਨੇ ਚੋਰੀ ਦੇ ਵੇਚਦੇ ਸੀ, ਮਖੂ ਏਰੀਏ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਵੇਚ ਰਹੇ ਸੀ। ਸੋ ਉਸ ਤੋਂ ਬਾਅਦ ਇਹਨਾਂ ਦੀ ਇਹ ਰਿਕਵਰੀ ਕੀਤੀ ਗਈ। ਸਾਡੀ ਜਿਹੜੀ ਅਗਲੀ ਪੁੱਛ ਪੜਤਾਲ ਹੈ